अस्सलाम वालेकुम और जवानों, क्या हाल है थोड़े सारे दा? उम्मीद है तुम सारे ठीक ठाक ते फिट फाट हो दे। ते करने आज दी वीडियो शुरू। असा जा रहे हैं जनाब मंडी बावलदीन जिले च, उत्थे रसूल बराज है जिथे दरियाए जेलम विच ना तीन चार नहरां निकलदियां ने, वह अज तुहानू विखाउणा है, पूरा विजिट कराउणा है तुहानू। ते मेरे नाल ने जनाब अफजल साहब ते हमजा ते बिलाल। असा सारे जनाब अज जा रहे हैं रसूल बराज ते ते मंडी बावलदीन च। बड़ी अच्छी जगह है, तुहानू पुराने टराने वेखने आपू भी असा वेखने तुहानू भी विखाने। इंशाल्लाह वीडियो तुहानू जरूर पसंद आवेगी। जिन्हां दोस्तां साडा चैनल सबसक्राइब नहीं कीते आ वो सबसक्राइब करन, ते वीडियो नू लाइक शेयर कमेंट जरूर करिया करो। चलो जनाब सफ़र शुरू करिए। असें इतों जाने नहरों नहर ते अगू फिर तुसां वेखते रहियो। रसूल बराज वाल जाना सा। रसूल बराज नहीं, रसूल बराज जाना है, सीधे लगे जाओ ना। अच्छा, ਅਤੇ ਸ਼ਮਾ ਲੋਕ ਆਸੀ ਗਿਆ। ਅੱਛਾ, ਉਹ ਲਾਸੀ ਗਿਆ ਨਾ ਇੰਦੇ ਕੋਲ। ਬਿਲਕੁਲ, ਉਸ ਤਰ੍ਹਾਂ ਬਰਾਜ ਹੀ ਹੈ। ਸਹੀ ਹੈ, ਠੀਕ। ਦਰਿਆ ਵੱਲ ਜਾਣਾ ਹੈ ਤਾਂ ਦਰਿਆ ਵੱਲ ਜਾਂ ਦਰਿਆ ਜਾਣਾ ਹੈ ਉੱਥੇ ਚਮ ਜਾ ਸਨੇ ਕੇ ਪਹੁੰਚੋ ਦੇ ਤੁਸੀਂ ਆ ਠਾੜੀ ਪਹੁੰਚੋ ਦੇ ਜਾਂ ਕੇ ਨਾਲ ਠਾੜੀ ਕਿੱਥੇ ਹੈ? ਬਿਲਕੁਲ, ਉਹਦੇ ਨਾਮ ਉਹ ਰਸਤਾ ਨਹੀਂ ਜਾਂਦਾ ਨਾ। ਬਿਲਕੁਲ, ਉਹ ਤਾਂ ਵੇਖ ਲਾਂਗੇ ਖਾਣਾ ਲੋਕ ਨਹੀਂ ਲੱਭਦਾ। ਮਿਹਰਬਾਨੀ ਬਹੁਤ। असा पहुंचे हैं जनाब रसूल बराज ते। असा दा बड़ा अच्छा सफ़र है। असा आए हैं जनाब खारियाँ, खारियाँ तो मंडी बावलदीन रोड ते, ते उतों असा इस रोड ते आए हैं रसूल बराज ते। हाँ जी जनाब, यह साढ़े सामने दरिया जेलम का बड़ा खूबसूरत मंजर नज़र आता पे। ये दरिया जेलम है ते इहदे जगह जगह ते गेट लगे ने पानी में रोकण वास्ते, ते इस टाइम उन्होंने जरूरत होंगी है। यह सारियाँ इतने तीन चार नहर निकल दी पी ने, एक नहर नवी बनती पी है दूसरी साइड से, वो जा रही खुशाब की तरफ जाने। उन्हें इस जगह तो ना खुशाब में जाने उस नहर ने, वह नवी बनती पी है बिल्कुल, ये ना पानी नहीं छड़िया उन्हें। तो दूसरी नहर के गेट बने ने, जिस टाइम जरूरत होंगी ने इन्हों खोल लेंगे ने, बंद कर लेंगे ने। तो सारा पानी का इंतजाम इतने ना, सारा पानी का इंतजाम इतने ही है। कंट्रोल सिस्टम, पूरा कंट्रोल सिस्टम बनाया है। इस गेट चु पानी निकल के इस नहर च दाखल होता पे, तो बड़ी स्पीड नाल पानी निकल रहा इतने, तो बड़ा खूबसूरत मंजर है। पानी का शोर देखो कितना ज़्यादा है। इस तो बाद असं चलने अगे
ਆਪਣੀਆਂ ਫੈਮਲੀਆਂ ਆਉਂਦੀਆਂ ਨੇ, ਆਪਣੇ ਖਾਣੇ ਛਾਣੇ ਨਾਲ ਲੈ ਕੇ ਆਉਂਦੀਆਂ ਨੇ, ਇੱਥੇ ਬਹਿੰਦੇ ਨੇ, ਖਾਂਦੇ ਪੀਂਦੇ ਨੇ ਅਤੇ ਇੰਜੋਏ ਕਰਦੇ ਨੇ। ਮੌਸਮ ਵੀ ਬੜਾ ਪਿਆਰਾ, ਅੱਜ ਧੁੱਪ ਵੀ ਨਿਕਲੀ ਹੈ ਅਤੇ ਸਾਰੇ ਦੋਸਤ ਬੜਾ ਇੰਜੋਏ ਕਰ ਰਹੇ ਨੇ। ਬੜਾ ਅੱਛਾ ਜਗ੍ਹਾ ਹੈ ਮੰਡੀ ਬਾਗ ਦੇ ਵਿੱਚ, ਸਾਡੇ ਤਾਂ ਤਕਰੀਬਨ ਨਜ਼ਦੀਕ ਹੀ ਹੈ, ਇੱਕ ਘੰਟਾ ਲੱਗਦਾ ਸਾਨੂੰ ਇੱਥੇ ਆਉਂਦਿਆਂ ਖਾਰੀਆਂ ਤੋਂ, ਅਤੇ ਬੜੀ ਅੱਛੀ ਜਗ੍ਹਾ ਜਨਾਬ। ਅੱਜ ਚਲੀਏ ਹੁਣ ਦੂਸਰੀ ਸਾਈਡ 'ਤੇ ਕਿਸ਼ਤੀਆਂ ਵੱਲ। ਬੱਚੇ ਇੱਥੋਂ ਪੜੀ ਨੇ ਉਹ ਪਾਈ ਜੀ ਗਏ ਸਟਰੀਟ ਦੇ ਉਹਦੀ ਵੇਲੇ ਉਹਦਾ ਕੰਮ ਉਹ ਸਾਹਮਣੇ ਪਾਈ ਰਹੇ ਉਹਨਾਂ ਨਾਲ ਮੱਛੀ ਫੜੀ ਜੇ ਹੁਣ ਮੇਰੇ ਸਾਹਮਣੇ ਅਤੇ ਉਹਨਾਂ ਕੋਲ ਵੇਖਦੇ ਹਾਂ ਕਿਸ ਤਰ੍ਹਾਂ ਦੀ ਮੱਛੀ ਫੜੀ ਸੀ। ਦਰਿਆ ਵਿੱਚ ਉਹਨਾਂ ਕੁੰਡੀ ਲਾਈ ਆਈ ਅਤੇ ਉੱਥੋਂ ਫੜੀ ਨੇ ਮੱਛੀ, ਉਹਨਾਂ ਕੋਲੋਂ ਮੱਛੀ ਵੇਖਦੇ ਹਾਂ ਕਿਸ ਤਰ੍ਹਾਂ ਦੀ ਮੱਛੀ ਫੜੀ ਨੇ ਅਤੇ ਜੇ ਮੁਨਾਸਿਬ ਜੇ ਵੇਚਣੀ ਹੋਈ ਨੇ ਤਾਂ ਵੇਚ ਵੀ ਸੜਨ ਦੇ, ਅਸਾਂ ਖਰੀਦ ਲਾਂਗੇ ਉਹਨਾਂ ਕੋਲੋਂ। ਇੱਥੋਂ ਫੜੀ ਜੇ ਦਾਲ ਫਾਸ ਹੈ ਬਿਲਾਲ ਖਾਨ ਔਰ ਬਸ ਕਤਰਾ ਪ੍ਰੇਰੀ ਹੋ ਅੱਜ ਆਪ ਫੜੀ ਹੈ ਜੀ ਆਪ ਆਏ ਹਾਂ ਮਾਸ਼ਾਅੱਲਾ ਬੜਾ ਸ਼ਿਕਾਰ ਹੱਥ ਆਇਆ ਹੈ ਲੋਗ ਦੇ ਪੈਸੇ ਫੜ ਲੈਂਦੇ ਨੇ ਹਾਂ ਇਹ 1 2 ਲੱਖ ਬੜਾ ਦਰ ਹੋਣਾ ਇਸ ਕੋਸ ਵੇਚ ਵੀ ਵੇਚ ਪਹਿਲਾਂ ਛੜੀ ਚਾਹੀਦੀ ਹੈ ਤੇ ਲੈ ਜਾਓ ਕਿੰਨੇ ਦੀ ਇਹ ਇਹ ਵੀ ਪੀਸ ਹੈ 400 ਰੁਪਈਆ ਦੇ ਛੋੜੋ ਦਰਿਆਈ ਮੱਛੀ ਇਹ ਖਾ ਕੇ ਵੀ ਚੈੱਕ ਕਰੋ ਪ੍ਰਾਈਸ ਇਹ ਮੱਛੀ ਜਨਾਬ ਭਾਈ ਹੋਰੀ ਮੰਗਦੇ ਪਏ ਨੇ ਇਸ ਮੱਛੀ ਦਾ 400 ਰੁਪਇਆ ਸਾਡੇ ਕੋਲੋਂ ਅਤੇ ਨਾਲ ਇੱਕ ਛੋਟੀ ਮੱਛੀ ਵੀ ਹੈ ਦੋ ਮੱਛੀਆਂ ਦਾ 400 ਰੁਪਇਆ ਅਤੇ ਡੀਲ ਡਨ ਹੋ ਗਈ ਫਾਈਨਲ ਹੋ ਗਿਆ ਇਹਨਾਂ ਕੋਲੋਂ 400 ਦੀ ਮੱਛੀ ਖਰੀਦ ਲਈ ਅਸਾਂ ਅਤੇ ਹੁਣ ਘਰ ਜਾ ਕੇ ਪਕਾਵਾਂਗੇ ਅਤੇ ਖਾਵਾਂਗੇ ਚੈੱਕ ਕਰਾਂਗੇ ਦਰਿਆ ਦੀ ਮੱਛੀ ਸਾਡੇ ਸਾਹਮਣੇ ਫੜੀ ਨੇ
ਕਿੰਨੇ ਪੈਸੇ 500 ਰੁਪਏ ਦੇ ਛੜੇ ਉਹ ਤੁਸੀਂ ਕਹਿੰਦੇ ਨਹੀਂ ਫੋਨ ਲੈ ਕੇ ਯੂਟਿਊਬਰ ਚੱਕਰ ਲਵਾ ਲਿਆ ਬਿਸਮਿਲ੍ਲਾਹਿਰ-ਰਹਿਮਾਨਿਰ-ਰਹੀਮ ਬਿਸਮਿਲ੍ਲਾਹ ਮੁਹੰਮਦ ਪਿਆਰੇ ਰਸੂਲ ਅੱਲਾਹ ਦੋਸਤੋ ਕੈਸੀ ਲੱਗੀ ਤੁਹਾਨੂੰ ਸਾਡੀ ਅੱਜ ਦੀ ਵੀਡੀਓ ਮੇਰੇ ਤੁਹਾਨੂੰ ਵੀਡੀਓ ਸਾਡੀ ਪਸੰਦ ਆਈ ਹੋਣੀ ਹੈ ਵੀਡੀਓ ਪਸੰਦ ਆਵੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰੀਓ ਮਿਲਦੇ ਹਾਂ ਤੁਹਾਡੇ ਨਾਲ ਕਿਸੇ ਹੋਰ ਅੱਛੀ ਵੀਡੀਓ ਨਾਲ ਕਿਸੇ ਨਵੀਂ ਜਗ੍ਹਾ 'ਤੇ ਤੁਹਾਡੇ ਸਾਰੇ ਦੋਸਤਾਂ ਦਾ ਵੀਡੀਓ ਵੇਖਣ ਦਾ ਬਹੁਤ ਬਹੁਤ ਸ਼ੁਕਰੀਆ